ਯਾਰ ਤੂੰ ਮੇਰੀ ਸਿੱਧੀ ਗੱਲ ਸੁਣ ਲਾ, ਮੈਂ ਹੁਣ ਬਾਜ਼ਾਰ ਨਹੀਂ ਹੋ ਜਾਣਾ, ਭਾਵੇਂ ਆਪਣੀ ਲੜਾਈ ਹੋਏ, ਭਾਵੇਂ ਤੂੰ ਗੁੱਸੇ ਹੋ, ਜੋ ਮਰਜ਼ੀ ਹੋਏ, ਮੈਂ ਧੁੱਪ 'ਚ ਨਹੀਂ ਹੋ ਜਾਣਾ ਬਾਹਰ, ਗਰਮੀ ਵੇਖ ਲਾ ਕਿੰਨੀ, ਮੂੰਹ ਕੱਢਣ ਨੂੰ ਬਾਹਰ ਜੀ ਨਹੀਂ ਕਰਨ ਦਿਆ, ਤੂੰ ਐਵੇਂ ਤੋਰੀ ਰੱਖਦੀ, ਕਦੀ ਕੁਝ ਲਿਆਓ ਕਦੀ ਕੁਝ ਲਿਆਓ, ਜੋ ਤੈਨੂੰ ਸਬਜ਼ੀਆਂ ਦਾਲਾਂ ਚਾਹੀਦੀਆਂ ਨਾ, ਮੈਂ ਤੈਨੂੰ ਸ਼ਾਮਾਂ ਨੂੰ ਦਿਆ, ਤੂੰ ਠੰਡੇ ਹੋਏ, ਮੈਂ ਨਹੀਂ ਹੁਣ ਜਾਣਾ। ਉਹ ਜਾਣਾ ਹੀ ਪੈਣਾ ਵਾ, ਨਾਲੇ ਮੇਰੀ ਨਿੱਕੀ ਭੈਣ ਆਉਂਦੀ ਹੈ ਬੱਸੇ, ਉਹਨੂੰ ਅੱਡੇ ਤੋਂ ਚੜਾ ਲਿਆਇਓ। ਤੇ ਠੰਡਾ ਹੀ ਆ ਵੈਸੇ ਦੇਣਾ, ਅੱਜ ਇੰਨੀ ਇਤਨੀ ਧੁੱਪ ਹੈਗੀ, ਠੰਡਾ ਹੀ ਆ, ਵੇਖਾ ਸੂਰਜ ਤਾਂ ਨਹੀਂ ਇੰਨਾ ਤਾਂ ਨਹੀਂ ਅੱਜ ਹੈਗਾ, ਲੈ ਆਉਣਾ ਫਿਰ ਤੇ ਕੀ ਖਾਣਾ ਪੀਣਾ ਕੀ ਉਹਨੇ ਕੀ ਲੈ ਕੇ ਆਵਾਂ, ਤੇ ਮਿਲਕ ਕੇਕ ਲੈ ਆਵਾਂ ਫਿਰ, ਤੇ ਫਿਰ ਰਸ ਮਲਾਈ ਬੜੀ ਪਸੰਦ ਉਹਨੂੰ, ਰਸ ਮਲਾਈ ਲੈ ਆਉਣਾ, ਤੇ ਫਿਰ ਅਸੀਂ ਦੋਵੇਂ ਜਾਣੇ ਉੱਥੇ ਬਾਜ਼ਾਰ 'ਚ ਬਹਿ ਕੁਝ ਖਾਵਾਂਗੇ, ਫਿਰ ਇੱਥੇ ਨਹੀਂ ਲਿਆਉਂਦੇ ਘਰ, ਤੇ ਹੋਰ ਫਿਰ ਕੀ ਕਰਨਾ, ਮੈਨੂੰ ਪਤਾ ਨਾ ਉਹਨੂੰ ਕੀ ਪਸੰਦ, ਚੱਲ ਫਿਰ ਮੈਂ ਆਹ ਦੇ ਕੋਈ ਕਮੀਜ਼ ਤੇ ਟੀ ਸ਼ਰਟ ਦੇ ਕੋਈ ਚੰਗੀ ਜੀ ਕੱਢ ਕੇ, ਤੇ ਵੱਟ ਜੇ ਬੜੇ ਪਏ ਪੁਰਾਣੀ ਜੀ ਆ, ਨਹੀਂ ਆਟੋ ਤੇ ਕਿੱਥੋਂ ਆਜੂਗੀ, ਮੈਂ ਚੱਲਿਆ ਵਾ ਹੁਣ, ਤੇ ਹੁਣ ਮੈਂ ਜਾਣਾ ਐਵੇਂ ਆਟੋ ਤੇ ਆਜੂ ਲੈ ਕੇ ਮਨਾ, ਨਹੀਂ ਧੁੱਪ ਕਿੱਥੇ, ਉਹ ਮੈਂ ਹੁਣ ਵੇਖਿਆ ਦੇਣੀ ਬੜਾ ਠੰਡਾ, ਤੇ ਹੈਨੀ ਆ ਸੂਰਜ ਨਹੀਂ ਹੈਗਾ ਇੰਨਾ, ਹੈਨੀ ਧੁੱਪ, ਨਾਲੇ ਉੱਦਾਂ ਬੰਦਾ ਜ਼ਿਆਦਾ ਹੀ ਸੋਹਲ ਜਾਂਦਾ ਜਾਏ ਨਾ, ਕੰਮ ਖਰਾਬ ਹੁੰਦਾ, ਇਹ ਫਿਰਦੇ ਰਹਿਣਾ ਚਾਹੀਦਾ, ਧੁੱਪ ਲਿਆ ਦੂ ਚਾਬੀ ਉੱਥੋਂ, ਦੇ ਮੈਨੂੰ ਕਮੀਜ਼ ਦੇ ਕੋਈ, ਨਾਲੇ ਉੱਦਾਂ ਹੀ ਠੰਡ ਪੈ ਗਈ ਅੱਜ ਸਾਲੀ ਆਉਂਦਾ ਹੀ, ਤੇ ਮੂੰਹ ਜਿਹਾ ਬਣਾ ਉੱਠ ਕੇ ਕਰ ਲਾ ਚਾਹ ਪਾਣੀ ਦਾ। ਯਾਰ ਮੈਂ ਇੱਕ ਗੱਲ ਨੋਟ ਕੀਤੀ ਵੀ ਆ, ਜਨਾਨੀਆਂ ਜਦੋਂ ਆਪਣੇ ਪੇਕੇ ਜਾਂਦੀਆਂ ਤੇ ਉੱਥੇ ਜਾ ਕੇ ਆਪਣੇ ਘਰ ਵਾਲੇ ਦੀ ਬੜੀ ਇੱਜ਼ਤ ਜੀ ਕਰਨਗੀਆਂ, ਹਰ ਗੱਲ ਤੇ ਨਾ ਹਾਂਜੀ 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 ਕਰਨਾ, ਮਗਰ ਮਗਰ ਫਿਰਨਾ, ਰੋਟੀ ਲਿਆਵਾਂ ਪਹਿਲਾਂ, ਚਾਹ ਪੀਓਗੇ ਕਿ ਪਾਣੀ ਪੀਓਗੇ, ਇੱਥੋਂ ਤੱਕ ਵੀ ਬਿਸਤਰੇ ਤੱਕ ਤੁਹਾਨੂੰ ਪੁੱਛ ਕੇ ਵਿਛਾਉਂਦੀਆਂ, ਕਿੱਥੇ ਸੌਂਗੇ, ਕਿਹੜੇ ਅੰਦਰ ਸੌਂਗੇ, ਤੇ ਸਾਲਾ ਇੱਥੇ ਸਹੁਰਿਆਂ ਘਰ ਇਹਨਾਂ ਨੂੰ ਪਤਾ ਨਹੀਂ ਕਿਹੜੇ ਜਿੰਨ ਚੰਬੜ ਜਾਂਦੇ, ਇੱਥੇ ਵੱਢ ਖਾਣ ਨੂੰ ਪੈਂਦੀਆਂ, ਇੱਥੇ ਨਹੀਂ ਹੁੰਦਾ ਹਾਂਜੀ ਹਾਂਜੀ, ਇਹ ਸਭ ਖੇਖੜ ਕਰਦੀਆਂ, ਕੋਈ ਤੁਜਤ ਨਹੀਂ ਕਰਦੀਆਂ, ਇਹ ਸਿਰਫ ਮੈਂ ਤੁਹਾਨੂੰ ਦੱਸਾਂ ਆਪਣੇ ਘਰਦਿਆਂ ਨੂੰ ਵਿਖਾਉਂਦੀਆਂ, ਵੀ ਵੇਖ ਲਓ ਮੈਂ ਬੜੀ ਚੰਗੀ ਜੀ, ਮੈਂ ਪ੍ਰਾਹੁਣੇ ਦਾ ਬੜਾ ਖਿਆਲ ਰੱਖਦੀ, ਬੜੀ ਇੱਜ਼ਤ, ਬੜੀ ਸੇਵਾ ਕਰਦੀ, ਇਹ ਇੱਦਾਂ ਭਰਮਾ ਕੇ ਰੱਖਦੀਆਂ ਉੱਥੇ ਦੋ ਦਿਨ ਸਾਨੂੰ, ਕਿ ਸਾਡੇ ਘਰਦਿਆਂ ਸਾਹਮਣੇ ਸਾਡੀਆਂ ਪੋਲਾਂ ਨਾ ਖੋਲਦੇ ਕਿਤੇ, ਵੀ ਤੁਹਾਡੀ ਕੁੜੀ ਨੇ ਕਿੱਦਾਂ ਲਹੂ ਕੀਤਾ ਸਾਡਾ, ਇਹ ਕੋਈ ਇੱਜ਼ਤ ਨਹੀਂ ਕਰਦੀਆਂ। ਇੱਕ ਗੱਲ ਹੋਰ, ਉੱਥੇ ਦੋ ਦਿਨ ਇੱਜ਼ਤ ਕਰਨਗੀਆਂ, ਹਾਂਜੀ ਹਾਂਜੀ ਕਰਨਗੀਆਂ, ਫਿਰ ਇਹਨਾਂ ਜੋ ਵਾਪਸੀ ਆਉਣਾ ਹੁੰਦਾ ਸਹੁਰਿਆਂ ਨੂੰ, ਤੇ ਫਿਰ ਉੱਲੂ ਵਾਂਗੂ ਦੁਕਾਨਾਂ ਵਹਿੰਦੀਆਂ ਆਉਣਗੀਆਂ ਰਾਜ, ਵੀ ਕਿੱਥੇ ਸੂਟ ਲੱਗਾ, ਕਿੱਥੇ ਮੇਕਅਪ ਵਾਲੀ ਦੁਕਾਨ, ਤੇ ਫਿਰ ਕਹਿਣਗੀਆਂ ਉਹ ਲੈ ਦੇ ਆ ਉਹ ਲੈ ਦੇ, ਤੇ ਬੰਦੇ ਨੂੰ ਪੰਪ ਜਿਹਾ ਦਿੱਤਾ ਹੁੰਦਾ ਦੋ ਦਿਨ, ਹਾਂਜੀ ਹਾਂਜੀ ਕਰਕੇ ਇੱਜ਼ਤ ਜੀ ਦਿੱਤੀ ਹੁੰਦੀ ਆ, ਉਸੇ ਚੱਕਰ 'ਚ ਫਿਰ ਬੰਦਾ 2,000-2,500 ਨੂੰ ਗੋਲ ਲਵਾ ਕੇ ਬਹਿ ਜਾਂਦਾ, ਇਹਨਾਂ ਦਾ ਮਗਰ ਨਾ ਲੱਗਿਆ ਕਰੋ, ਇਹ ਐਵੇਂ ਨਹੀਂ ਫਿਰ 265 ਚਿੱਤਰ ਕਹਿੰਦੇ, ਮੈਂ ਤੁਹਾਨੂੰ ਦੱਸਾਂ, ਤੇ ਸਹੁਰਿਆਂ ਪਿੰਡ ਪੈਰ ਪਾਉਂਦਿਆਂ ਸਾਰੀ ਫੇਰ ਸਾਲਾ ਉਹ ਹੀ ਟੈਂ 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 ਕਰਨਗੀਆਂ, ਕੋਈ ਤੁਜਤ ਨਹੀਂ ਕਰਦੀਆਂ ਇਹ। ਲਓ ਵੀ ਆੜੀ ਘਰ 'ਚ ਰੋਜ਼ ਹੀ ਬੁੜਬੁੜ ਹੁੰਦੀ ਸੀ ਨਾ, ਕੁੜਕੁੜ ਹੁੰਦੀ ਸੀ, ਮੈਂ ਤਾਂ ਪੱਕਾ ਹੀ ਕੰਮ ਨਿਬੇੜ ਛੱਡਿਆ ਜੇ, ਆਹ ਜਿਹੜਾ ਘਰ ਵਾਲੀ ਰੋਜ਼ ਜਾਂਦੀ ਸੀ ਨਾ ਭਾਂਡੇ ਮਾਂਜਦੇ, ਝਾੜੂ ਲਾ ਦੇ, ਪੋਚਾ ਲਾ ਦੇ, ਦੋ ਕੁ ਕੱਪੜੇ ਧੋ ਦੇ, ਕਦੇ ਜਾਂਦੀ ਸੀ ਰੋਟੀਆਂ ਪਕਾ ਦੇ, ਮੈਂ ਸਮਝਾ ਤਾ ਇੱਕ ਵਾਰੀ ਬਿਠਾ ਕੇ ਉਹਨੂੰ, ਮੈਂ ਕਿਹਾ ਮੇਰੀ ਸੁਣ ਲਾ ਗੱਲ, ਆਹ ਜਿਹੜਾ ਤੂੰ ਨਹੀਂ ਨਾ ਭਾਂਡੇ ਮਾਂਜਦੇ, ਪੋਚਾ ਲਾ ਦੇ, ਝਾੜੂ ਲਾ ਦੇ, ਕਦੀ ਰੋਟੀਆਂ ਪਕਾ ਦੇ, ਕਦੀ ਦੋ ਕੱਪੜੇ ਧੋ ਦੇ, ਮੈਂ ਇਹ ਆਵਾਜ਼ਾਂ ਮੇਰੇ ਕੰਨਾਂ ਤੱਕ ਨਹੀਂ ਆਉਣੀਆਂ ਚਾਹੀਦੀਆਂ, ਇਹ ਕੰਮਾਂ ਦੀਆਂ ਆਵਾਜ਼ਾਂ ਮੈਨੂੰ ਨਹੀਂ ਸੁਣਨੀਆਂ ਚਾਹੀਦੀਆਂ ਅੱਜ ਤੋਂ ਬਾਅਦ, ਮੇਰੀ ਸੁਣ ਲਾ ਗੱਲ, ਜਿਹੜਾ ਵੀ ਕੰਮ ਹੁੰਦਾ ਨਾ ਬਸ ਮੈਨੂੰ ਮੈਸੇਜ ਕਰ ਦਿਆ ਕਰ ਵਟਸਐਪ ਤੇ, ਕੰਮ ਹੋ ਜਾਇਆ ਕਰੂਗਾ, ਬਸ ਇਹ ਆਵਾਜ਼ਾਂ ਮੈਨੂੰ ਨਹੀਂ ਸੁਣਨੀਆਂ ਚਾਹੀਦੀਆਂ, ਮੈਂ ਥੋੜਾ ਹੈਗਾ ਅਣਖੀ ਟੈਪ ਬੰਦਾ, ਆ ਪਈ ਹੁਣ ਚੁੱਪ ਕਰਕੇ ਪਰੇ ਨੂੰ ਮੂੰਹ ਕਰਕੇ, ਆਪਾਂ ਕਰਾ ਤੀ ਚੁੱਪ, ਕਰਦੀ ਮੈਸੇਜ ਟਾਈਮ ਨਾ, ਫੇਰ ਨਾ ਕਹੀਂ ਕੰਮ ਲੇਟ ਹੋ ਗਿਆ।
ਮੈਂ ਹੈਗਾ ਸੁਭਾਅ ਦਾ ਕੱਬਾ ਥੋੜਾ ਜਿਹਾ, ਆਪਾਂ ਹੱਲ ਲੱਭ ਲਿਆ, ਗੱਲ ਖਤਮ ਹੋ ਗਈ, ਮੈਂ ਸਹੀ ਕਰਦੀ ਹੁਣ। ਆਲੋ ਪਾਣੀ ਪੀ ਲੋ। ਉਹ ਮੈਂ ਨੀ ਪੀਣਾ ਪਾਣੀ ਪੂਣੀ, ਕੀ ਪੱਥਰੀਆਂ ਕਾਹਦੀਆਂ ਹੋਈਆਂ, ਤੁਸੀਂ ਮੈਨੂੰ ਸਿਆਪੇ ਨੂੰ ਫੜ ਲਿਆ, ਘੜੀ ਮੁੜੀ ਪਾਣੀ ਪੀ ਲਾ ਪਾਣੀ ਪੀ ਲਾ। ਡਾਕਟਰ ਨੇ ਕਿਹਾ ਨਾ ਘੰਟੇ ਬਾਅਦ ਪਾਣੀ ਪੀਣਾ ਵਾ। ਡਾਕਟਰ ਨੂੰ ਕੀ ਪਤਾ, ਕਹੀ ਜਾਏ ਡਾਕਟਰ, ਮੈਂ ਨੀ ਪੀਣਾ ਪੂਣਾ ਪਾਣੀ। ਕੀ ਬਿਮਾਰੀ ਆ ਹੁਣ, ਕਿਉਂ ਨੀ ਪੀਣਾ? ਉਹ ਜਦੋਂ ਨੂੰ ਰਜਾਈ ਨਿੱਗੀ ਕਰੀ ਦੀ ਉਦੋਂ ਨੂੰ ਸਾਲਾ ਮੂਤ ਆ ਜਾਂਦਾ ਵਾ, ਕੌਣ ਜਾਏ ਘੜੀ ਮੁੜੀ ਉੱਥੇ। ਡਾਕਟਰ ਨੇ ਕਿਹਾ ਨਾ ਜਿੰਨਾ ਵੱਧ ਪਾਣੀ ਪੀਓਗੇ ਉਨੀਆਂ ਛੇਤੀ ਪੱਥਰੀਆਂ ਨਿਕਲਣਗੀਆਂ। ਉਹ ਡਾਕਟਰ ਕਹੀ ਜਾਏ, ਹਾਂ ਮੈਨੂੰ ਨੀ ਪਤਾ ਪੁਤਾ, ਡਾਕਟਰ ਨੇ ਮੇਰੀ ਥਾਂ ਉੱਠ ਉੱਠ ਕੇ ਮੂਤਣਾ ਇੱਥੋਂ, ਉੱਥੇ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਨਾ। ਖਾਲੀ ਪੇਟ ਮੈਂ ਕਿੱਥੇ ਆ, ਤੇਰੀ ਸਾਰਾ ਦਿਨ ਕੋਟ ਕੋਟ ਸੁਣ ਕੇ ਮੇਰਾ ਢਿੱਡ ਆਫਰਿਆ ਰਹਿੰਦਾ, ਤੇ ਉਹ ਤਾਂ ਵੀਰਾਂ ਨਾਲ ਵੀ ਨਿਕਲ ਜਾਂਦੀਆਂ ਫਿਰ ਪੱਥਰੀਆਂ। ਉਹ ਤੁਹਾਨੂੰ ਆਖਿਆ ਪੇਟੀ ਲਿਆ ਦੋ ਫਿਰ ਮੈਨੂੰ, ਤੇ ਉਹਦੇ ਨਾਲ ਤੇ ਪਤਾ ਥੋੜਾ ਲੱਗਦਾ, ਉਹਦੇ ਨਾਲ ਜਿੱਥੇ ਮਰਜ਼ੀ ਘਰ ਕੁਰ ਦਿੰਦਾ ਬੰਦਾ, ਉਹ ਮੈਂ ਆਪੇ ਕਰ ਲੂ ਜਗਾੜ ਸੈੱਟ। ਪਾਣੀ ਪਾਣੀ ਵਾਲਾ ਨੀ ਮੇਰੇ ਕੋਲ ਹੁੰਦਾ, ਮੇਰੇ ਕੋਲ ਨੀ ਪੀਤਾ ਜਾਂਦਾ। ਜੇ ਪਾਣੀ ਪਿਓਣਾ ਨਾ ਮੈਨੂੰ, ਤੇ ਇੱਥੋਂ ਮੈਨੂੰ ਉਹ 2 ਲੀਟਰ ਦੀ ਉਹ ਕੋਲਡ ਡਰਿੰਕ ਦੀ ਬੋਤਲ ਫੜਾ ਦੋ, ਤੇ ਇੱਥੋਂ ਭਰ ਭਰ ਤੁਹਾਨੂੰ ਫੜਾਈ ਜਾਂਦਾ ਫਿਰ ਮੈਂ। ਵੀਰਾਂ ਤੁਹਾਨੂੰ ਆਖਿਆ ਲਿਆ ਦੋ ਪੇਟੀ, ਮੈਂ ਆਪੇ ਕਰ ਲੂ ਜਗਾੜ ਸੈੱਟ। ਡਾਕਟਰ ਸਾਹਿਬ, ਡਾਕਟਰ ਸਾਹਿਬ ਘਰੇ ਜੀ? ਮਤਲਬ ਨਹੀਂ ਮੇਰਾ।